सब्सक्राइब करो चढ़दिकला टाइम टीवी नू ते लेटेस्ट अपडेट पाउन लई प्रेस करो बेल आइकन। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਨਿਊਜ਼, ਮੈਂ ਤੁਹਾਡੇ ਨਾਲ ਰਮਨ ਬਾਜਵਾ। ਖਬਰਾਂ ਤੇ ਵਿਸਥਾਰ ਤੋਂ ਪਹਿਲਾਂ ਇੱਕ ਨਜ਼ਰ ਹੁਣ ਤੱਕ ਦੀਆਂ ਹੈਡਲਾਈਨਸ ਤੇ। ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਵਧੀ ਸਿਆਸੀ ਸਰਗਰਮੀ। ਚੋਣਾਂ ਦੌਰਾਨ ਪਲਾਸਟਿਕ ਦੇ ਬਣੇ ਝੰਡੇ, ਬੈਨਰ ਅਤੇ ਹੋਰਡਿੰਗ ਤੇ ਰੋਕ ਲਗਾਉਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ। ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਭੇਜਿਆ ਨੋਟਿਸ। ਦਿੱਲੀ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਆਈਐਸਆਈ ਦੇ 3 ਅੱਤਵਾਦੀਆਂ ਨੂੰ ਕੀਤਾ ਗ੍ਰਿਫਤਾਰ। ਅਨੁਸੂਚਿਤ ਜਾਤਾਂ ਤੇ ਜਨਜਾਤਾਂ ਲਈ ਅਗਲੇ 10 ਸਾਲਾਂ ਲਈ ਰਾਖਵਾਂਕਰਨ ਜਾਰੀ ਰੱਖਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 16 ਤੋਂ 17 ਜਨਵਰੀ ਨੂੰ ਗਿਆ ਸੱਦਿਆ। ਪੰਜਾਬ ਕੈਬਨਿਟ ਦੀ ਬੈਠਕ ਵਿੱਚ ਲਿਆ ਗਿਆ ਫੈਸਲਾ। ਬੁਲਟਨ ਦੀ ਗੱਲ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦਿੱਲੀ ਵਿਧਾਨ ਸਭਾ ਚੋਣਾਂ ਦੀ। ਜੀ ਹਾਂ, ਦਿੱਲੀ ਵਿਧਾਨ ਸਭਾ ਚੋਣਾਂ ਦਾ ਬਿਗਲ ਵੱਜ ਗਿਆ। ਚੋਣ ਕਮਿਸ਼ਨ ਨੇ ਦਿੱਲੀ ਦੀ 70 ਮੈਂਬਰੀ ਵਿਧਾਨ ਸਭਾ ਲਈ 8 ਫਰਵਰੀ ਨੂੰ ਚੋਣਾਂ ਕਰਾਉਣ ਦਾ ਐਲਾਨ ਕੀਤਾ। ਚੋਣਾਂ ਦੇ ਨਤੀਜੇ 11 ਫਰਵਰੀ ਨੂੰ ਆਉਣਗੇ। ਦਿੱਲੀ ਵਿੱਚ ਚੋਣਾਂ ਨੂੰ ਲੈ ਕੇ ਸਿਆਸੀ ਪਾਰਟੀਆਂ ਪੂਰੀ ਤਰ੍ਹਾਂ ਸਰਗਰਮ ਨਜ਼ਰ ਆ ਰਹੀਆਂ ਨੇ। ਚੋਣਾਂ ਦੌਰਾਨ ਪਲਾਸਟਿਕ ਦੇ ਬਣੇ ਝੰਡੇ, ਬੈਨਰ ਅਤੇ ਹੋਰਡਿੰਗ ਤੇ ਰੋਕ ਲਗਾਉਣ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਇਸ ਸੰਬੰਧ ਵਿੱਚ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਗਈ ਹੈ। ਪਟੀਸ਼ਨਕਰਤਾ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਕਿ ਚੋਣ ਪ੍ਰਚਾਰ ਲਈ ਵੱਡੀ ਮਾਤਰਾ ਵਿੱਚ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਵਾਲੇ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਦਾ ਇਸਤੇਮਾਲ ਹੁੰਦਾ ਹੈ, ਜਿਸ ਤੇ ਰੋਕ ਲਗਾਈ ਜਾਏ। ਇਸ ਪਟੀਸ਼ਨ ਤੇ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਅਤੇ ਚੋਣ ਕਮਿਸ਼ਨ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ। ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਗਲ ਯੂਜ਼ ਪਲਾਸਟਿਕ ਵਿਰੁੱਧ ਮੁਹਿੰਮ ਚਲਾਈ ਹੋਈ ਹੈ। ਸਰਕਾਰ ਨੇ 2022 ਤੱਕ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਮੁਕਤ ਕਰਨ ਦਾ ਟੀਚਾ ਮਿਥਿਆ। ਉਧਰ ਦਿੱਲੀ ਪੁਲਿਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਅੱਜ ਆਈਐਸਆਈ ਦੇ 3 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਹੈ। 3 ਅੱਤਵਾਦੀਆਂ ਦੀ ਗ੍ਰਿਫਤਾਰੀ ਐਨਕਾਊਂਟਰ ਤੋਂ ਬਾਅਦ ਵਜ਼ੀਰਾਬਾਦ ਤੋਂ ਹੋਈ। ਇਹਨਾਂ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ। ਫਿਲਹਾਲ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ 3 ਅੱਤਵਾਦੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਇੱਥੇ ਦੱਸ ਦਈਏ ਕਿ ਦਿੱਲੀ ਇੰਨੇ ਦਿਨੀ ਉਂਝ ਵੀ ਹਾਈ ਅਲਰਟ 'ਤੇ ਹੈ। ਇਸ ਦਾ ਕਾਰਨ ਜਗ੍ਹਾ ਜਗ੍ਹਾ ਚੱਲ ਰਹੇ ਵਿਰੋਧ ਪ੍ਰਦਰਸ਼ਨ ਅਤੇ ਗਣਤੰਤਰ ਦਿਵਸ ਦੀ ਪਰੇਡ ਸ਼ਾਮਿਲ ਹੈ। 2018 ਵਿੱਚ ਵੀ ਆਈਐਸ ਮਡਿਊਲ ਦੇ ਖੁਲਾਸੇ ਦੀ ਗੱਲ ਸਾਹਮਣੇ ਆਈ ਸੀ। ਉਦੋਂ ਐਨਆਈਏ ਨੇ ਦਿੱਲੀ ਯੂਪੀ ਵਿੱਚ 16 ਥਾਵਾਂ 'ਤੇ ਛਾਪੇ ਮਾਰੇ ਸਨ। ਦਾਅਵਾ ਸੀ ਕਿ ਇਹਨਾਂ ਦੀ ਸਾਜ਼ਿਸ਼ ਸੀ ਕਿ ਦਿੱਲੀ ਨੂੰ ਦਹਿਲਾਇਆ ਜਾਏ। ਪਾਕਿਸਤਾਨ ਦੇ ਨਨਕਾਣਾ ਸਾਹਿਬ ਵਿਖੇ ਸਿੱਖ ਲੜਕੀ ਜਗਜੀਤ ਕੌਰ ਨਾਲ ਜਬਰੀ ਨਿਕਾਹ ਅਤੇ ਇਸਲਾਮ ਧਰਮ ਤਬਦੀਲ ਕਰਾਉਣ ਦੇ ਮਾਮਲੇ ਵਿੱਚ ਜਗਜੀਤ ਕੌਰ ਨੂੰ ਅੱਜ ਲਾਹੌਰ ਦੀ ਇੱਕ ਕੋਰਟ ਵਿੱਚ ਪੇਸ਼ ਕੀਤਾ ਗਿਆ। ਪਾਕਿਸਤਾਨ ਦੇ ਸੀਨੀਅਰ ਪੱਤਰਕਾਰ ਰਵਿੰਦਰ ਸਿੰਘ ਰੌਬਿਨ ਨੇ ਟਵੀਟ ਅਨੁਸਾਰ ਲੜਕੀ ਦੇ ਭਰਾ ਮਨਮੋਹਨ ਸਿੰਘ ਦੀ ਬੇਨਤੀ 'ਤੇ ਜੱਜ ਨੇ ਉਹਨਾਂ ਨੂੰ 10 ਮਿੰਟ ਲਈ ਵੱਖਰੇ ਤੌਰ 'ਤੇ ਮਿਲਣ ਦੀ ਆਗਿਆ ਵੀ ਦਿੱਤੀ। ਲੜਕੀ ਦਾ ਪਰਿਵਾਰ ਉਸ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼ ਕਰ ਰਿਹਾ, ਜਦੋਂ ਕਿ ਲੜਕੀ ਦਾ ਪਤੀ ਅਤੇ ਉਸਦਾ ਪਰਿਵਾਰ ਇਸਦਾ ਵਿਰੋਧ ਕਰ ਰਹੇ ਨੇ। ਅਨੁਸੂਚਿਤ ਜਾਤਾਂ ਅਤੇ ਜਨਜਾਤਾਂ ਲਈ ਅਗਲੇ 10 ਸਾਲਾਂ ਲਈ ਰਾਖਵਾਂਕਰਨ ਜਾਰੀ ਰੱਖਣ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ 16 ਤੋਂ 17 ਜਨਵਰੀ ਨੂੰ ਬੁਲਾਇਆ ਗਿਆ। ਇਹ ਫੈਸਲਾ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਲਿਆ ਗਿਆ। ਕੈਬਨਿਟ ਨੇ ਰਾਜਪਾਲ ਨੂੰ ਸਿਫਾਰਿਸ਼ ਕਰਨ ਦਾ ਫੈਸਲਾ ਕੀਤਾ ਕਿ ਭਾਰਤੀ ਸੰਵਿਧਾਨ ਦੀ ਧਾਰਾ 174(1) ਤਹਿਤ ਵਿਧਾਨ ਸਭਾ ਦਾ 10 ਸੈਸ਼ਨ ਬੁਲਾਇਆ ਜਾਏ। ਦੱਸ ਦਈਏ ਕਿ ਰਾਖਵਾਂਕਰਨ ਜਾਰੀ ਰੱਖਣ ਲਈ 25 ਜਨਵਰੀ ਤੋਂ ਪਹਿਲਾਂ ਬਿੱਲ 'ਤੇ ਮੋਹਰ ਲਗਾਈ ਜਾਣੀ ਹੈ, ਕਿਉਂਕਿ ਇਸ ਤੋਂ ਬਾਅਦ ਇਸਦੀ ਮਿਆਦ ਖਤਮ ਹੋ ਜਾਣੀ ਹੈ। ਸੂਬੇ ਵਿੱਚ ਦੇਸ਼ ਭਰ ਵਿੱਚੋਂ ਸਭ ਤੋਂ ਵੱਧ ਅਨੁਸੂਚਿਤ ਜਾਤਾਂ ਦੀ ਵਸੋਂ ਹੈ, ਇਸ ਲਈ ਇਹ ਬਿੱਲ ਬਹੁਤ ਅਹਿਮ ਹੈ। ਸਭ ਅੱਜ ਪੰਜਾਬ ਕੈਬਨਿਟ ਦੀ ਇੱਕ ਮੀਟਿੰਗ ਮੁਨਕਦ ਕੀਤੀ ਗਈ, ਉਹਦੇ 'ਚ 4-5-6 ਉਹ ਕੁਛ ਅਹਿਮ ਫੈਸਲੇ ਲਏ ਗਏ। ਸਭ ਤੋਂ ਪਹਿਲਾਂ ਤਾਂ ਪੰਜਾਬ ਵਿਧਾਨ ਸਭਾ ਦਾ ਇਜਲਾਸ ਉਹ 16 ਤਰੀਕ ਨੂੰ ਸੱਦਣ ਦਾ ਫੈਸਲਾ ਕੀਤਾ, ਔਰ ਇੱਕ ਜਿਹੜੀ ਗਵਰਨਮੈਂਟ ਆਫ ਇੰਡੀਆ ਜਾਂ ਪਾਰਲੀਮੈਂਟ ਦੀ ਜਿਹੜੀ ਐਕਟ ਹੈ ਕਿ SC ਰੈਜ਼ਰਵੇਸ਼ਨ ਨੂੰ ਅਗਲੇ 10 ਸਾਲ ਹੋਰ ਉਹਨੂੰ ਰੈਟੀਫਾਈ ਕਰਨਾ, ਵਰਨਾ ਤਾਂ ਇਹ ਜਿਹੜਾ ਬਜਟ ਸੈਸ਼ਨ ਹੈ ਉਹਦੇ 'ਚ ਹੀ ਆ ਜਾਣਾ ਸੀ, ਬਟ ਕਿਉਂਕਿ ਉਹਦੀ ਮੁੱਦਤ ਜਿਹੜੀ ਹੈ ਉਹ ਖਤਮ ਹੋ ਰਹੀ ਸੀ, ਤਾਂ ਇਸ ਲਈ ਔਰ ਇਹ ਵੀ ਫੈਸਲਾ ਕੀਤਾ ਗਿਆ ਕਿ ਕਿਉਂਕਿ ਸਾਲ ਦਾ ਪਹਿਲਾ ਦਿਨ ਹੈ ਔਰ ਜੋ ਕਾਨੂੰਨ ਕਹਿੰਦਾ ਕਿ ਗਵਰਨਰ ਐਡਰੈਸ ਵੀ ਜਿਹੜਾ
ਉਸੇ ਦਿਨ ਪੜਿਆ ਜਾਏਗਾ। ਸੋ 16 ਨੂੰ ਪੰਜਾਬ ਵਿਧਾਨ ਸਭਾ ਬੁਲਾਈ ਜਾਏਗੀ। ਇਸ ਤੋਂ ਇਲਾਵਾ ਇੱਕ ਹਾਈ ਪਾਵਰਡ ਇੰਪਾਵਰਡ ਕਮੇਟੀ ਬਣਾਉਣ ਦਾ ਫੈਸਲਾ ਕੈਬਨਿਟ ਨੇ ਕੀਤਾ ਹੈ ਕਿ ਜਿੰਨੇ ਵੀ ਪੰਜਾਬ ਸਰਕਾਰ ਦੇ ਜਿਹੜੇ ਕੋਈ ਵਕਾਰੀ ਪ੍ਰੋਜੈਕਟ ਹੈ ਉਹਨਾਂ 'ਚ ਕੋਈ ਕਮੀ ਜਾਂ ਦੇਰੀ ਨਾ ਆਈ ਜਾਵੇ। ਸੋ ਉਹਦੇ 'ਚ CM, FM ਔਰ 2-3 ਹੋਰ ਮਿਨਿਸਟਰਸ ਵਗੈਰਾ, ਔਰ ਇਹ ਕਮੇਟੀ ਜਿਹੜੀ ਹੈ ਹਫ਼ਤੇ ਦੇ ਵਿੱਚ ਇੱਕ ਵਾਰ ਲਾਜ਼ਮੀ ਮਿਲੇਗੀ। ਉਧਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਯੂਥ ਕਾਂਗਰਸ ਦੇ ਸਹੁੰ ਚੁੱਕ ਸਮਾਗਮ ਦੌਰਾਨ ਸ਼ਿਰਕਤ ਕੀਤੀ, ਜਿਸ ਦੌਰਾਨ ਉਹਨਾਂ UP ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਹਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਨਾਲ ਜੋ ਸਲੂਕ ਕੀਤਾ ਗਿਆ ਉਹ ਮਨ ਭਾਗ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦਾ ਗੁੰਡਾ ਰਾਜ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਸ ਮੌਕੇ ਉਹਨਾਂ ਬਾਦਲਾਂ 'ਤੇ ਵੀ ਤਿੱਖਾ ਨਿਸ਼ਾਨਾ ਸਾਧਿਆ। ਉੱਤਰ ਪ੍ਰਦੇਸ਼ ਦੇ ਵਿੱਚ ਜਿਸ ਤਰੀਕੇ ਨਾਲ ਗੱਲਾਂ ਚੱਲ ਰਹੀਆਂ ਨੇ, ਜਿਸ ਤਰੀਕੇ ਨਾਲ ਸਾਡੇ ਜਨਰਲ ਸੈਕਟਰੀ ਸਾਹਿਬਾ ਪ੍ਰਿਯੰਕਾ ਜੀ ਦੇ ਨਾਲ ਸਲੂਕ ਕੀਤਾ, ਇੱਕ ਪੁਲਿਸ ਵਾਲੇ ਨੇ ਉਹਨਾਂ ਨੂੰ ਗਰਦਨ 'ਚ ਫੜਿਆ, ਇੱਕ ਨੇ ਦੱਬ ਲਿਆ ਜ਼ਮੀਨ ਦੇ ਉੱਪਰ, ਇਹ ਕੋਈ ਤਰੀਕਾ ਹੈ ਕੰਮ ਕਰਨ ਦਾ? ਰਾਹੁਲ ਜੀ ਦੇ ਨਾਲ ਜਿਹੜੇ ਕੋਈ ਪੱਥਰ ਪੁੱਥਰ ਮਾਰਦੇ ਸੀ, ਕਿਆ ਇਹਦਾ ਤਰੀਕਾ ਹੈ? ਇਹ ਲੋਕ ਰਾਜ ਨਹੀਂ, ਇਹ ਤਾਂ ਗੁੰਡਾ ਰਾਜ ਹੈ ਇੱਕ ਕਿਸਮ ਦਾ, ਜਿਹੜਾ ਇੱਥੇ ਸਾਡੇ ਦੇਸ਼ 'ਚ ਪੈ ਗਿਆ। ਔਰ ਅਗਰ ਇਹਦਾ ਸਾਹਮਣਾ ਕਰਨਾ ਹੈ ਤਾਂ ਇੱਕ ਪਾਰਟੀ ਹੈ ਕਾਂਗਰਸ ਪਾਰਟੀ, ਔਰ ਤੁਸੀਂ ਹੋ ਉਸ ਦੀ ਮੂਡ ਦੀ ਹੱਡੀ ਜਿਹਨਾਂ ਨੂੰ ਕਰਨਾ ਪਊ। ਆਹ ਕਿੱਥੋਂ ਚੱਲੇ ਇਹ ਨਸ਼ੇ? ਪਹਿਲਾਂ ਸਹੀ ਨਸ਼ੇ ਸਾਡੇ ਉਰੇ ਇਹਨਾਂ ਦੇ 10 ਸਾਲ ਦੇ ਰਾਜ ਦੇ ਵਿੱਚ, ਗੁੰਡਾਇਜ਼ਮ ਕਿੱਥੋਂ ਆਈ ਇਹਨਾਂ ਦੇ 10 ਸਾਲ ਦੇ ਰਾਜ ਦੇ ਵਿੱਚ? ਔਰ ਖਰਾਬ ਕਿਹਨੂੰ ਕੀਤਾ? ਸਾਡੇ ਬੱਚਿਆਂ ਨੂੰ ਖਰਾਬ ਕੀਤਾ। ਜਦੋਂ ਇਹ ਹਾਲਾਤ ਬਣ ਜਾਣ ਕਿਸੇ ਸੂਬੇ 'ਚ ਤਾਂ ਕੋਈ ਆਪਣਾ ਇੰਡਸਟਰੀ ਜਾਂ ਕੋਈ ਇੱਥੇ ਪੈਸਾ ਲਾ ਕੇ ਲਿਆਊਗਾ ਇੱਕ ਵਿਗੜੇ ਹੋਏ ਸੂਬੇ ਦੇ ਵਿੱਚ? ਅੰਮ੍ਰਿਤਸਰ ਵਿੱਚ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਮਜੀਠੀਆ ਨੇ ਸਰਕਾਰ 'ਤੇ ਵਾਅਦਾ ਕਿਹਾ ਕਿ ਸਰਕਾਰੀ ਮੁਲਾਜ਼ਮਾਂ ਦੇ ਹੱਕਾਂ 'ਤੇ ਕੈਪਟਨ ਸਰਕਾਰ ਡਾਕਾ ਮਾਰੀ ਹੈ, ਉਹਨਾਂ ਦੀਆਂ ਤਨਖਾਹਾਂ ਘੱਟ ਰਹੀ ਹੈ। ਉਹਨਾਂ ਕਿਹਾ ਕਿ ਜੇਕਰ ਕੋਈ ਵੀ ਮੁਲਾਜ਼ਮ ਸਰਕਾਰ ਕੋਲ ਨੌਕਰੀ ਮੰਗਣ ਜਾਂਦਾ ਤਾਂ ਉਹਨਾਂ ਨਾਲ ਗਲਤ ਵਿਵਹਾਰ ਕੀਤਾ ਜਾਂਦਾ। ਉਹਨਾਂ ਕਿਹਾ ਕਿ ਗੱਡੀਆਂ ਨਵੀਆਂ ਲੈਣ ਲਈ ਪੈਸੇ ਹਨ ਅਤੇ MLAs ਨੂੰ ਬਾਹਰ ਭੇਜਣ ਲਈ 3 ਲੱਖ ਤੱਕ ਦੇਣ ਦੇ ਪੈਸੇ ਹਨ, ਪਰ ਜਦੋਂ ਮੁਲਾਜ਼ਮ ਵਰਗ ਦੀ ਗੱਲ ਆਉਂਦੀ ਹੈ ਤਾਂ ਉਦੋਂ ਸਰਕਾਰ ਦੇ ਪੈਸੇ ਖਤਮ ਹੋ ਜਾਂਦੇ ਨੇ। ਇਹਨਾਂ ਹਾਲਾਤਾਂ ਨੂੰ ਦੇਖਦਿਆਂ ਅਕਾਲੀ ਦਲ ਸਰਕਾਰ ਦੀਆਂ ਇਹਨਾਂ ਲੋਕ ਮਾਰੂ ਨੀਤੀਆਂ ਖਿਲਾਫ ਅਕਾਲੀ ਦਲ ਸੰਘਰਸ਼ ਕਰੇਗਾ। ਮਜੀਠੀ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਇੱਕ ਗੈਂਗਸਟਰ ਪਟਿਆਲਾ ਜੇਲ੍ਹ ਤੋਂ ਆਪਣੀ ਫੇਸਬੁੱਕ 'ਤੇ ਲਾਈਵ ਹੋ ਰਿਹਾ। ਇਸ ਤੋਂ ਇਲਾਵਾ ਜੱਗੂ ਭਗਵਾਨਪੁਰੀਆ ਦਾ ਪਿਛਲੇ 2 ਮਹੀਨੇ ਰੋਲਾ ਪੈ ਰਿਹਾ, ਪਰ ਅਜੇ ਤੱਕ ਕਿਸੇ ਦੇ ਕੋਈ ਕਾਰਵਾਈ ਨਹੀਂ ਕੀਤੀ ਗਈ, ਪਰ ਰਾਜੋਆਣਾ ਨਾਲ ਕੀਤੀ ਗਈ ਮੁਲਾਕਾਤ 'ਤੇ ਤੁਰੰਤ ਕਾਰਵਾਈ ਕੀਤੀ ਗਈ। ਉਹਨੇ ਕਿਹਾ ਕਿ ਇਸ ਤੋਂ ਪਤਾ ਲੱਗਦਾ ਹੈ ਕਿ ਸਰਕਾਰ ਗੈਂਗਸਟਰਾਂ ਨਾਲ ਮਿਲੀ ਹੋਈ ਹੈ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਦੇ ਮਾਮਲੇ ਵਿੱਚ ਪਟਿਆਲਾ ਦੀ ਜੇਲ੍ਹ ਵਿੱਚ ਸਜ਼ਾ ਭੁਗਤ ਰਹੇ ਬਲਵੰਤ ਸਿੰਘ ਰਾਜੋਆਣਾ ਦੀ ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨਾਲ ਮੁਲਾਕਾਤ ਦੀ ਜੇਲ੍ਹ ਅੰਦਰ ਖਿੱਚੀ ਤਸਵੀਰ ਵਾਇਰਲ ਹੋਣ ਦਾ ਮਾਮਲਾ ਸ਼ਾਂਤ ਹੋਣ ਦਾ ਨਾਮ ਨਹੀਂ ਲੈ ਰਿਹਾ। ਮਰੂਮ ਬੇਅੰਤ ਸਿੰਘ ਦੇ ਪੋਤੇ ਰਵਨੀਤ ਸਿੰਘ ਬਿੱਟੂ ਨੇ ਬਲਵੰਤ ਸਿੰਘ ਰਾਜੋਆਣਾ ਨੂੰ VVIP ਟ੍ਰੀਟਮੈਂਟ ਮਿਲਣ ਦਾ ਦਾਅਵਾ ਕੀਤਾ। ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਜਤਾਏ ਇਤਰਾਜ਼ ਤੋਂ ਬਾਅਦ ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰੀਡੈਂਟ ਭੁਪਿੰਦਰਜੀਤ ਸਿੰਘ ਵਿਰਕ ਦਾ ਟ੍ਰਾਂਸਫਰ ਕੀਤਾ ਗਿਆ। ਉਹਨਾਂ ਨੂੰ ਕਿਸੇ ਹੋਰ ਜੇਲ੍ਹ ਵਿੱਚ ਭੇਜਣ ਦੀ ਬਜਾਏ ਚੰਡੀਗੜ੍ਹ ਸਥਿਤ ਜੇਲ੍ਹ ਵਿਭਾਗ ਦੇ ਹੈੱਡਕੁਆਰਟਰ ਵਿੱਚ ਅਟੈਚ ਕੀਤਾ ਗਿਆ। ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਦੇ ਤੌਰ ਤੇ SP ਖੰਨਾ ਨੂੰ ਤੈਨਾਤ ਕੀਤਾ ਗਿਆ, ਜਿਨ੍ਹਾਂ ਨੇ ਬੁੱਧਵਾਰ ਨੂੰ ਆਪਣਾ ਕਾਰਜਭਾਰ ਵੀ ਸੰਭਾਲਿਆ। ਖੰਨਾ ਦੇ ਸਥਾਨ 'ਤੇ ਬਲਜੀਤ ਸਿੰਘ ਘੁੰਮਣ ਨੂੰ ਕਪੂਰਥਲਾ ਕੇਂਦਰੀ ਜੇਲ੍ਹ ਦਾ ਪ੍ਰਧਾਨ ਲਗਾਇਆ ਗਿਆ, ਜਦੋਂ ਕਿ ਉਹਨਾਂ ਦੇ ਡਿਪਟੀ ਸੁਪਰੀਡੈਂਟ ਦੇ ਤੌਰ 'ਤੇ ਨਰਪਿੰਦਰ ਸਿੰਘ ਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ। ਪੱਤਰਕਾਰ ਅਮਰਜੀਤ ਸਿੰਘ ਨੇ ਇਸ ਬਾਬਤ ਜਾਣਕਾਰੀ ਸਾਂਝੀ ਕੀਤੀ। ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲਕਾਂਡ ਦੇ ਮੁੱਖ ਦੋਸ਼ੀ ਭਾਈ ਬਲਵੰਤ ਸਿੰਘ ਰਾਜੂਆਣਾ ਜੋ ਕਿ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਬੰਦ ਹਨ, ਤੁਹਾਨੂੰ ਅਸੀਂ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਦੇ ਬਾਹਰ ਖੜ੍ਹੇ ਹਾਂ, ਤੁਹਾਨੂੰ ਤਸਵੀਰਾਂ ਦਿਖਾ ਦੀਆਂ। ਇਸ ਦੇ ਅੰਦਰ ਜਿਹੜਾ ਭਾਈ ਬਲਵੰਤ ਸਿੰਘ ਰਾਜੂਆਣਾ ਇਸ ਜੇਲ੍ਹ ਦੇ ਵਿੱਚ ਲੰਬਾ ਸਮਾਂ ਤੋਂ ਬੰਦ ਹਨ। ਭਾਈ ਬਲਵੰਤ ਸਿੰਘ ਦੀ ਰਿਹਾਈ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਵਫਦ ਜੋ ਕਿ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਮਿਲਿਆ ਸੀ, ਇਸ 'ਤੇ ਇਤਰਾਜ਼ ਜਤਾਉਂਦੇ ਹੋਏ ਸੰਸਦੀ ਮੈਂਬਰ ਰਣਜੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿਖੀ ਹੈ ਕਿ ਭਾਈ ਬਲਵੰਤ ਸਿੰਘ ਰਾਜੂਆਣਾ ਨੂੰ ਜਿਹੜਾ VIP ਟ੍ਰੀਟਮੈਂਟ ਦਿੱਤਾ ਜਾ ਰਿਹਾ, ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪ੍ਰੈਸ ਨੂੰ ਜਿਹੜੀ ਹੈ ਅੰਦਰ ਜਿਹੜੀ ਹੈ ਫੋਟੋ ਵੀ ਜਾਰੀ ਕੀਤੀ ਗਈ ਸੀ। ਇਸ 'ਤੇ ਇਤਰਾਜ਼ ਜਾਂਦੇ ਹੋਏ ਜੇਲ੍ਹ ਮੰਤਰੀ ਨੇ ਤੁਰੰਤ ਪਟਿਆਲਾ ਜੇਲ੍ਹ ਦਾ ਸੁਪਰਡੈਂਟ ਜਿਹੜਾ ਤਬਾਦਲਾ ਕਰ ਦਿੱਤਾ ਗਿਆ ਹੈ। ਮੋਗਾ ਵਿੱਚ ਹਸਪਤਾਲ ਦੀਆਂ ਸਟਾਫ ਨਰਸਾਂ ਦੀ ਵੱਡੀ ਲਾਪਰਵਾਹੀ ਕਾਰਨ 2 ਮਹਿਲਾ ਦੀ ਫਰਸ਼ 'ਤੇ ਡਿਲੀਵਰੀ ਹੋਣ ਦਾ ਹੈਰਾਨੀਕੁਨ ਮਾਮਲਾ ਸਾਹਮਣੇ ਆਇਆ। ਪੇਸ਼ ਹੈ ਇਸ ਬਾਰੇ ਸਾਡੀ ਖਾਸ ਰਿਪੋਰਟ। ਸਟਾਫ ਅੰਦਰ ਬੈਠ ਕੇ ਸੁੱਤਾ ਪਿਆ, ਹੀਟਰ ਲਾ ਕੇ ਆਰਾਮ ਨਾਲ ਆਪਦਾ, ਉਹਦਾ ਬੱਚਾ ਜਿਹੜਾ ਬਾਹਰ ਹੀ ਪੈਦਾ ਹੋ ਜਾਂਦਾ। ਤੇ ਕੀ ਪਤਾ ਅੱਜ ਅਸੀਂ ਦੇਖਿਆ ਇਸ ਤੋਂ ਪਹਿਲਾਂ ਕਿੰਨੀਆਂ ਇਹ ਮਾਸੂਮਾਂ ਦੀਆਂ ਜਾਨਾਂ ਇਹ ਲੈ ਚੁੱਕੀਆਂ ਹੋਣਗੀਆਂ।
ਸਾਡੇ ਸਟਾਫ ਮੈਂਬਰਾਂ ਨਾਲ ਬਹੁਤ ਮਿਸਬਿਹੇਵ ਹੋਇਆ। ਇਸ ਤਰ੍ਹਾਂ ਵਾਰਡ ਦੇ ਵਿੱਚ ਹੰਗਾਮਾ ਕਰਨਾ ਔਰ ਬਾਕੀ ਮਰੀਜ਼ਾਂ ਨੂੰ ਪਰੇਸ਼ਾਨ ਕਰਨਾ ਅਟੈਂਡੈਂਟਸ ਦੁਆਰਾ, ਇਹ ਬਹੁਤ ਗਲਤ ਗੱਲ ਹੈ। ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦੇ ਦਾਅਵੇ ਕੀਤੇ ਜਾਂਦੇ ਨੇ, ਪਰ ਇਹ ਦਾਅਵੇ ਹੁਣ ਖੋਖਲੇ ਹੁੰਦੇ ਨਜ਼ਰ ਆ ਰਹੇ ਨੇ, ਕਿਉਂਕਿ ਸੱਚ ਤਾਂ ਇਹ ਹੈ ਕਿ ਸਰਕਾਰੀ ਹਸਪਤਾਲ ਵਿੱਚ ਗਰਭਵਤੀ ਔਰਤਾਂ ਨੂੰ ਵੀ ਬੁਨਿਆਦੀ ਸਹੂਲਤਾਂ ਨਸੀਬ ਨਹੀਂ ਹੋ ਰਹੀਆਂ। ਤਾਜ਼ਾ ਮਾਮਲਾ ਮੋਗਾ ਦੇ ਸਰਕਾਰੀ ਹਸਪਤਾਲ ਦਾ ਹੈ, ਜਿੱਥੇ ਸਟਾਫ ਦੀ ਲਾਪਰਵਾਹੀ ਦੇ ਚੱਲਦੇ ਦੋ ਔਰਤਾਂ ਦੀ ਡਿਲੀਵਰੀ ਫਰਸ਼ ਤੇ ਹੀ ਹੋ ਗਈ। ਜੀ ਹਾਂ, ਹੈਰਾਨੀਕੁਨ ਵਾਕਿਆ ਦੇਰ ਰਾਤ ਦਾ ਹੈ। ਮਹਿਲਾ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬੀਤੀ ਰਾਤ ਦੋ ਗਰਭਵਤੀ ਔਰਤਾਂ ਨੂੰ ਸਿਵਲ ਹਸਪਤਾਲ ਮੋਗਾ ਲਿਆਂਦਾ, ਪਰ ਸਿਵਲ ਹਸਪਤਾਲ ਦੇ ਸਟਾਫ ਵੱਲੋਂ ਲਾਪਰਵਾਹੀ ਵਰਤਦੇ ਹੋਏ ਦੋਵਾਂ ਦੀ ਡਿਲੀਵਰੀ ਫਰਸ਼ ਤੇ ਹੀ ਹੋ ਗਈ। ਜਦੋਂ ਉਹਨਾਂ ਨੇ ਸਿਵਲ ਹਸਪਤਾਲ ਦੇ ਸਟਾਫ ਨੂੰ ਗਰਭਵਤੀ ਔਰਤਾਂ ਦੇ ਦਰਦ ਦੇ ਬਾਰੇ ਦੱਸਿਆ ਤਾਂ ਸਿਵਲ ਹਸਪਤਾਲ ਦਾ ਸਟਾਫ ਕਮਰੇ ਵਿੱਚ ਹੀਟਰ ਲਗਾ ਕੇ ਆਰਾਮ ਫਰਮਾ ਰਿਹਾ ਸੀ ਅਤੇ ਕਹਿ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਕਿ ਡਿਲੀਵਰੀ ਦਾ ਅਜੇ ਸਮਾਂ ਨਹੀਂ ਹੈ ਅਤੇ ਡਿਲੀਵਰੀ ਸਵੇਰੇ ਹੀ ਹੋਏਗੀ। ਇਸ ਵਾਕਿਆ ਤੋਂ ਬਾਅਦ ਮਰੀਜ਼ ਦੇ ਰਿਸ਼ਤੇਦਾਰਾਂ ਨੇ ਸਟਾਫ ਨਰਸਾਂ ਖਿਲਾਫ ਖੁੱਲ ਕੇ ਭੜਾਸ ਕੱਢੀ। ਸਾਡਾ ਆਪਦਾ ਪੇਸ਼ੈਂਟ ਸੀਗਾ, ਅਸੀਂ ਉੱਥੇ ਦੇਖ ਰਹੇ ਸੀ, ਸਾਨੂੰ ਇਹ ਸੀਗਾ ਮਤਲਬ ਜਿੰਨਾ ਉਹਦੀਆਂ ਦਰਦਾਂ ਲੱਗੀਆਂ ਇਹਨਾਂ ਨੂੰ ਸਿਸਟਮ ਮੈਡੀਕਲ ਵਾਲਿਆਂ ਨੂੰ ਪਤਾ, ਸਟਾਫ ਨੂੰ ਪਤਾ ਉਨੇ ਟਾਈਮ 'ਚ ਉਹਦੀ ਡਿਲੀਵਰੀ ਹੋ ਜੂਗੀ। ਪਰ ਉਸ ਤੋਂ ਬਾਅਦ ਦੇਖਿਆ ਜਿਹੜੀ ਔਰਤ ਆ ਜਿਹਦੀ ਡਿਲੀਵਰੀ ਹੋਣੀ ਸੀ ਉਹਦੇ ਇੰਨੀਆਂ ਚੀਕਾਂ ਇੰਨੀਆਂ ਚਲਾਈ ਉਹ, ਉਸ ਤੋਂ ਬਾਅਦ ਉਹਨਾਂ ਨੂੰ ਜਦੋਂ ਅੰਦਰ ਲੈ ਕੇ ਜਾਂਦੇ ਆ ਅਤੇ ਉਸ ਤੋਂ ਜਵਾਬ ਸਟਾਫ ਵਾਲੇ ਇਹ ਦਿੰਦੇ ਆ ਕਿ ਤੁਸੀਂ ਬਾਹਰ ਚਲੀਆਂ ਜਾਓ, ਸਵੇਰੇ ਦੇਖਾਂਗੇ, ਸਵੇਰੇ ਹੋਊਗਾ ਇਹਦਾ ਕੇਸ, ਇੱਥੇ ਆਉਣ ਤੱਕ ਦੋ ਸਟੈਪ ਅੱਗੇ ਵੱਧਦੀ ਆ ਤਾਂ ਉਹਦਾ ਬੱਚਾ ਜਿਹੜਾ ਬਾਹਰ ਹੀ ਪੈਦਾ ਹੋ ਜਾਂਦਾ। ਇਹ ਇੱਕ ਕੇਸ ਸੀ, ਇਸ ਤੋਂ ਬਾਅਦ 5 ਮਿੰਟ ਬਾਅਦ ਦੂਸਰਾ ਕੇਸ ਇਸ ਤਰ੍ਹਾਂ ਹੋ ਜਾਂਦਾ ਕਿ ਲੇਬਰ ਰੂਮ ਦੇ ਬਾਹਰ ਉਹ ਬੱਚਾ ਪੈਦਾ ਹੁੰਦਾ ਅਤੇ ਉੱਥੋਂ ਦਾ ਜਿਹੜਾ ਸਟਾਫ ਆ ਅੰਦਰ ਬੈਠ ਕੇ ਸੁੱਤਾ ਪਿਆ, ਹੀਟਰ ਲਾ ਕੇ ਆਰਾਮ ਨਾਲ ਆਪਦਾ ਮਜ਼ੇ ਮਾਣ ਰਹੀਆਂ ਉੱਥੋਂ ਦੀਆਂ ਜਿਹੜੇ ਸਟਾਫ ਵਾਲੀਆਂ ਔਰਤਾਂ ਹੈਗੀਆਂ, ਉੱਥੋਂ ਦੇਖਦੀਆਂ ਪਾਸੇ ਹੋ ਜਾਓ ਅਸੀਂ ਆਪਦਾ ਦੇਖ ਲੈਂਦੇ ਹਾਂ, ਪਰ ਬੱਚਾ ਉਹਨਾਂ ਦਾ ਲੇਬਰ ਰੂਮ ਦੇ ਬਾਹਰ ਪੈਦਾ ਹੋ ਚੁੱਕਾ ਸੀ ਉਹਨਾਂ ਦਾ ਵੀ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਇਹ ਸਟਾਫ ਹੈ ਬਦਲਣਾ ਚਾਹੀਦਾ, ਕਿਉਂਕਿ ਇਸ ਤਰ੍ਹਾਂ ਦਾ ਜੇ ਸਟਾਫ ਇੱਥੇ ਰਹੂਗਾ ਇਹ ਕੀ ਪਤਾ, ਅੱਜ ਅਸੀਂ ਦੇਖਿਆ ਇਸ ਤੋਂ ਪਹਿਲਾਂ ਕਿੰਨੀਆਂ ਇਹ ਮਾਸੂਮਾਂ ਦੀਆਂ ਜਾਨਾਂ ਇਹ ਲੈ ਚੁੱਕੀਆਂ ਹੋਣਗੀਆਂ, ਇਹ ਸਾਨੂੰ ਇਸ ਤਰ੍ਹਾਂ ਦਾ ਸਟਾਫ ਨਹੀਂ ਚਾਹੀਦਾ। ਇਸ ਮਾਮਲੇ ਵਿੱਚ ਜਦੋਂ ਮੋਗਾ ਦੇ SMO ਡਾਕਟਰ ਰਾਜੇਸ਼ ਅਤਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੱਚਾ ਬੱਚਾ ਦੇ ਸਟਾਫ ਵੱਲੋਂ ਉਹਨਾਂ ਦੇ ਕੋਲ ਵੀ ਇੱਕ ਸ਼ਿਕਾਇਤ ਆਈ ਹੈ ਕਿ ਬੀਤੀ ਰਾਤ ਡਿਲੀਵਰੀ ਕਰਾਉਣ ਆਏ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਨਾਲ ਬਦਤਮੀਜ਼ੀ ਕੀਤੀ ਗਈ ਹੈ ਜੋ ਮਨਭਾਗਾ ਹੈ। ਨਹੀਂ ਜੀ, ਇਸ ਤਰ੍ਹਾਂ ਨਹੀਂ ਹੈ, ਬਿਲਕੁਲ ਬੇਬੁਨਿਆਦ ਹੈ, ਕਿਸੇ ਨੂੰ ਲੇਬਰ ਰੂਮ 'ਚੋਂ ਇਸ ਤਰ੍ਹਾਂ ਨਹੀਂ ਕੱਢਿਆ ਜਾਂਦਾ। ਜਦੋਂ ਪੇਸ਼ੈਂਟ ਸਾਡੇ ਲੇਬਰ ਰੂਮ 'ਚ 3 ਬੈੱਡ ਲੱਗੇ ਹੋਏ ਆ ਔਰ 3 ਬੈੱਡ ਜਿਹੜੇ ਆ 24 ਘੰਟੇ ਸਾਡੇ ਚੱਲਦੇ ਰਹਿੰਦੇ ਆ, ਪੇਸ਼ੈਂਟ ਨੂੰ ਜਦੋਂ ਲੇਬਰ ਪੇਨਸ ਆਉਂਦੀਆਂ ਤਾਂ ਹੀ ਲੇਬਰ ਰੂਮ ਦੇ ਅੰਦਰ ਲਗਾਇਆ ਜਾਂਦਾ, ਨਹੀਂ ਤਾਂ ਬਾਹਰ ਜਿਹੜੇ ਲੱਗੇ ਹੋਏ ਬੈੱਡ 6 ਆ ਉਹਨਾਂ 'ਤੇ ਰੱਖਿਆ ਜਾਂਦਾ ਔਰ ਉਸ ਤੋਂ ਬਾਅਦ ਜਦੋਂ ਫੁੱਲ ਲੇਬਰ ਪੇਨਸ 'ਚ ਪੇਸ਼ੈਂਟ ਆਉਂਦਾ ਤਾਂ ਉਹਨੂੰ ਲੇਬਰ ਰੂਮ 'ਚ ਲਗਾਇਆ ਜਾਂਦਾ। ਔਰ ਜੱਚਾ ਬੱਚਾ ਬਿਲਕੁਲ ਸਵਸਥ ਨੇ ਔਰ ਉਹਨਾਂ ਨੇ ਲਿਖ ਕੇ ਦਿੱਤਾ ਵੀ ਅਸੀਂ ਹੋਸਪਿਟਲ ਦੀਆਂ ਜਿਹੜੀਆਂ ਸਰਵਿਸਿਜ਼ ਨੇ ਐਮਰਜੈਂਸੀ ਦੀਆਂ ਉਹਨਾਂ ਤੋਂ ਪੂਰੇ ਸੈਟਿਸਫਾਈਡ। ਇਸ ਟਾਈਮ ਦੇਖੋ ਜਿਹੜੀਆਂ ਐਮਰਜੈਂਸੀ ਸਰਵਿਸ ਚੱਲ ਰਹੀਆਂ, ਮੈਨੂੰ ਬਕਾਇਦਾ ਇਹਨਾਂ ਨਾਲ ਸਾਡੇ ਸਟਾਫ ਮੈਂਬਰਾਂ ਨਾਲ ਬਹੁਤ ਮਿਸਬਿਹੇਵ ਹੋਇਆ, ਜਿਹੜਾ ਕਿ ਬਹੁਤ ਗਲਤ ਗੱਲ ਹੈ। ਜਦੋਂ ਸਾਡਾ ਸਟਾਫ ਡਿਊਟੀ ਕਰਦਾ ਉਹਨਾਂ ਨਾਲ ਕਿਸੇ ਕਿਸਮ ਦਾ ਮਿਸਬਿਹੇਵ ਜਿਹੜਾ ਉਹ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਏਗਾ। ਜਿਹੜੀ ਕੋਈ ਗੱਲ ਹੁੰਦੀ ਆ ਉਹਦਾ ਇੱਕ ਪ੍ਰੋਪਰ ਚੈਨਲ ਹੁੰਦਾ, ਪ੍ਰੋਪਰ ਤਰੀਕਾ ਹੁੰਦਾ ਜਿਹਦੇ ਕਰਕੇ ਨਾਲ ਗੱਲ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਵਾਰਡ ਦੇ ਵਿੱਚ ਹੰਗਾਮਾ ਕਰਨਾ ਔਰ ਬਾਕੀ ਮਰੀਜ਼ਾਂ ਨੂੰ ਪਰੇਸ਼ਾਨ ਕਰਨਾ ਅਟੈਂਡੈਂਟਸ ਦੁਆਰਾ, ਇਹ ਬਹੁਤ ਗਲਤ ਗੱਲ ਹੈ। ਜਿਹੜੀ ਵੀ ਗੱਲ ਹੈ ਉਹਨੂੰ ਸਹੀ ਤਰੀਕੇ ਨਾਲ ਦੱਸਿਆ ਜਾਵੇ, ਜਿਹੜਾ ਪੇਸ਼ੈਂਟ ਦੇ ਬਾਰੇ ਗੱਲ ਕੀਤੀ ਜਾ ਰਹੀ ਉਸ ਪੇਸ਼ੈਂਟ ਨੂੰ, ਉਹਦੇ ਅਟੈਂਡੈਂਟਸ ਨੂੰ, ਉਹਦੇ ਜੱਚਾ ਬੱਚਾ ਨੂੰ ਕੋਈ ਕੰਪਲੇਂਟ ਨਹੀਂ। ਹੰਗਾਮਾ ਕਰਨ ਵਾਲਿਆਂ ਨੇ ਬਾਹਰੋਂ ਆ ਕੇ ਜਿਹੜਾ ਦੂਸਰੇ ਅਟੈਂਡੈਂਟਸ ਨੇ ਕੀਤਾ ਉਹ ਬਹੁਤ ਹੀ ਗਲਤ ਗੱਲ ਹੈ। ਨਹੀਂ ਜੀ, ਰੋਸਟਰ ਦੇ ਮੁਤਾਬਿਕ, ਰੋਸਟਰ ਮੁਤਾਬਿਕ ਜਿੱਦਾਂ ਜਿੱਦਾਂ ਗਾਈਡਲਾਈਨਸ ਹੈ, ਸਟਾਫ ਦੀ ਕਮੀ ਤਾਂ ਹੈ, ਪਰ ਸਾਡੇ ਉੱਥੇ ਵਾਰਡ ਦੇ ਵਿੱਚ ਉਸ ਟਾਈਮ ਦੇ ਉੱਤੇ 3 ਜਿਹੜੀਆਂ ਸਟਾਫ ਨਰਸਿਸ ਹੁੰਦੀਆਂ। ਮਾਮਲਾ ਇਸ ਲਈ ਗੰਭੀਰ ਹੈ ਕਿਉਂਕਿ ਮਹਿਲਾ ਨਰਸਾਂ ਨੇ ਹੀ ਇੱਕ ਮਹਿਲਾ ਦੀ ਤਕਲੀਫ ਨੂੰ ਸਮਝਣ ਤੋਂ ਕਿਨਾਰਾ ਕਰ ਲਿਆ। ਰਾਹ ਦੀ ਗੱਲ ਇਹ ਹੈ ਕਿ ਦੋਹਾਂ ਮਾਮਲਿਆਂ ਵਿੱਚ ਬੱਚੇ ਸੁਰੱਖਿਅਤ ਨੇ, ਪਰ ਇਸ ਵਾਕਿਆ ਨੇ ਹਸਪਤਾਲ ਪ੍ਰਸ਼ਾਸਨ ਦੀ ਨਲਾਇਕੀ ਨੂੰ ਜਗ ਜ਼ਾਹਿਰ ਜ਼ਰੂਰ ਕਰ ਦਿੱਤਾ ਹੈ। ਚੰਗਾ ਹੋਵੇ ਕਿ ਨਰਸਾਂ ਮਰੀਜ਼ਾਂ ਪ੍ਰਤੀ ਆਪਣੇ ਰਵੱਈਏ ਨੂੰ ਤਬਦੀਲ ਕਰਨ ਤਾਂ ਜੋ ਕਿਸੇ ਦਾ ਵੀ ਜਾਨੀ ਨੁਕਸਾਨ ਨਾ ਹੋਵੇ। ਮੋਗਾ ਤੋਂ ਸਰਬਜੀਤ ਰੌਲੀ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ TV। ਫਿਰੋਜ਼ਪੁਰ ਛਾਉਣੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ 22 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਿਸ ਨਾਲ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ। ਪੇਸ਼ ਹੈ ਇਸ ਬਾਰੇ ਇੱਕ ਖਾਸ ਰਿਪੋਰਟ। ਇਹ ਨਸ਼ੇ ਕਰਦਾ ਸੀ, ਇੱਥੇ ਕੋਈ ਰੋਕਾ ਟਕਾਈ ਨਹੀਂ ਹੈਗੀ, ਸਰਕਾਰ ਕਹਿੰਦੀ ਬੰਦ ਕੀਤਾ ਗਿਆ ਲੇਕਿਨ ਕੋਈ ਬੰਦ ਨਹੀਂ ਹੋਇਆ। ਪੰਜਾਬ ਦੀ ਕੈਪਟਨ ਸਰਕਾਰ ਨੇ 4 ਹਫ਼ਤੇ 'ਚ ਨਸ਼ੇ ਨੂੰ ਖਤਮ ਕਰਨ ਦੇ ਵੱਡੇ ਦਾਅਵੇ ਕੀਤੇ ਸਨ, ਪਰ ਅੱਜ 3 ਸਾਲ ਬਾਅਦ ਵੀ ਜ਼ਮੀਨੀ ਹਕੀਕਤ ਕੁਝ ਹੋਰ ਹੀ ਨਜ਼ਰ ਆ ਰਹੀ ਹੈ।
ਮਾਮਲਾ ਫਿਰੋਜ਼ਪੁਰ ਛਾਉਣੀ ਦਾ ਹੈ, ਜਿੱਥੇ ਨਸ਼ੇ ਦੀ ਓਵਰਡੋਜ਼ ਨੇ 22 ਸਾਲਾ ਨੌਜਵਾਨ ਨੂੰ ਲਾਸ਼ ਬਣਾ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਵਿੱਕੀ ਵਜੋਂ ਹੋਈ ਹੈ, ਜਿਸ ਨੇ ਨਸ਼ੇ ਦੇ ਵੱਸ ਪੈ ਕੇ ਆਪਣੀ ਜਾਨ ਗਵਾ ਲਈ। ਵਿੱਕੀ ਦੇ ਰਿਸ਼ਤੇਦਾਰਾਂ ਨੇ ਕਿਹਾ ਕਿ ਉਹ ਕਾਫੀ ਸਮੇਂ ਤੋਂ ਨਸ਼ੇਦਾਰ ਦੀ ਸੀ। ਨਾਲ ਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਨਸ਼ੇ ਦੇ ਖਾਤਮੇ ਨੂੰ ਲੈ ਕੇ ਕੀਤੇ ਜਾ ਰਹੇ ਦਾਅਵੇ ਖੋਖਲੇ ਨੇ, ਕਿਉਂਕਿ ਨਸ਼ਾ ਅੱਜ ਵੀ ਆਮ ਵਿਕ ਰਿਹਾ। ਨਸ਼ੇ ਤੋਂ ਹੋਈਏ ਜੀ, ਨਸ਼ੇ ਕਰਦੇ ਸੀ ਬਹੁਤ ਜ਼ਿਆਦਾ, ਸਰਕਾਰ ਕਹਿੰਦੀ ਬੰਦ ਕੀਤਾ ਗਿਆ ਲੇਕਿਨ ਕੋਈ ਬੰਦ ਨਹੀਂ ਹੋਇਆ, ਨਸ਼ਾ ਫੁੱਲ ਚੱਲ ਰਿਹਾ। ਜੇ ਅਗਰ ਬੰਦ ਕੀਤਾ ਹੁੰਦਾ ਤਾਂ ਅੱਜ ਇਹ ਨੌਮਤ ਨਾ ਨਹੀਂ ਨਸ਼ੇ ਦੀ। ਕਿੰਨੀ ਕੁ ਉਮਰ ਹੈ ਜੀ ਇਹਨੇ? ਇਹਦੀ ਉਮਰ ਹੈ 22-21 ਸਾਲ। ਤੁਸੀਂ ਸਮਝਦੇ ਵੀ ਇੰਨੀ ਨੌਜਵਾਨਾਂ ਮੌਤਾਂ ਹੋ ਗਈਆਂ, ਵੀ ਸਰਕਾਰ ਕੁਛ ਵੀ ਨਹੀਂ ਕਰਦੀ, ਪੁਲਿਸ ਕੁਛ ਨਹੀਂ ਕਰਦੀ? ਉਧਰ ਮ੍ਰਿਤਕ ਦੇ ਭਰਾ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਮਾਮਲੇ ਨੂੰ ਗੰਭੀਰਤਾ ਨਾਲ ਲਵੇ, ਤਾਂ ਹੀ ਪੰਜਾਬ ਦੀ ਨੌਜਵਾਨੀ ਇਸ ਦੀ ਅਲਾਮਤ ਤੋਂ ਬਚ ਸਕਦੀ ਹੈ। ਇਹ ਨਸ਼ੇ ਨੁਸ਼ੇ ਕਰਦਾ ਸੀ, ਦੇਖੀ ਇਹਦਾ ਨਾਂ ਹੈ, ਠੀਕ ਹੈ ਜੀ, ਸੈਂਟ ਦੇ ਰਹਿਣ ਵਾਲੇ ਸੀ। ਮੌਤ ਦਾ ਕਾਰਨ ਕੀ ਬਣਿਆ? ਨਸ਼ੇ ਦੇ ਵਜੋਂ ਆਮ ਹੀ ਹੈ ਜੀ, ਇੱਥੇ ਕੋਈ ਰੋਕਾ ਟਕਾਈ ਨਹੀਂ ਹੈਗੀ, ਮਾੜੀ ਜੀ ਖਿੱਚ ਪਾਓ ਇਹਨਾਂ ਨੂੰ। ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ 'ਚ ਨਸ਼ੇ ਨੇ ਸੱਥਰ ਵਿਛਾ ਦਿੱਤੇ ਨੇ, ਅਣਗਿਣਤ ਨੌਜਵਾਨ ਮੌਤ ਦੇ ਮੂੰਹ ਜਾ ਚੁੱਕੇ ਨੇ ਅਤੇ ਬਹੁਤੇ ਹਾਲੇ ਵੀ ਨਸ਼ੇ 'ਚ ਢੁੰਨ ਰਹਿੰਦੇ ਨੇ। ਚੋਣਾਂ ਵੇਲੇ ਨਸ਼ੇ ਦੇ ਮੁੱਦੇ ਨੂੰ ਹਰ ਕੋਈ ਕੈਸ਼ ਕਰਦਾ ਹੈ, ਪਰ ਬਾਅਦ 'ਚ ਇਹ ਗੱਲਾਂ ਲੀਡਰਾਂ ਦੇ ਬਿਆਨਾਂ ਤੱਕ ਸੀਮਤ ਰਹਿ ਜਾਂਦੀਆਂ ਨੇ, ਜਿਸ ਦਾ ਨੁਕਸਾਨ ਸੂਬੇ ਨੂੰ ਹੁੰਦਾ ਸਾਫ਼ ਵਿਖਾਈ ਦੇ ਰਿਹਾ। ਫਿਰੋਜ਼ਪੁਰ ਤੋਂ ਆਰਐਲ ਧਵਨ ਅਤੇ ਬੱਬੂ ਧਵਨ ਦੀ ਰਿਪੋਰਟ, ਚੜ੍ਹਦੀ ਕਲਾ, ਟਾਈਮ ਟੀਵੀ। ਇੰਦਰਜੀਤ ਕੌਰ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਮੈਂਬਰ ਨਿਯੁਕਤ ਕੀਤਾ ਗਿਆ ਹੈ, ਜਿਸ ਤੋਂ ਬਾਅਦ ਉਹਨਾਂ ਦੇ ਪਤੀ ਅਤੇ ਕਾਂਗਰਸ ਦੇ ਸੀਨੀਅਰ ਕੌਂਸਲਰ ਹਰਵਿੰਦਰ ਸਿੰਘ ਨਿੱਪੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੰਸਦ ਮੈਂਬਰ ਮਹਾਰਾਣੀ ਪਨੀਤ ਕੌਰ ਦਾ ਧੰਨਵਾਦ ਕੀਤਾ। ਇੰਦਰਜੀਤ ਕੌਰ ਨੇ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਬਿਜਲੀ ਦਰਾਂ ਵਿੱਚ ਵਾਧੇ ਨੂੰ ਲੈ ਕੇ ਕੈਪਟਨ ਸਰਕਾਰ ਖਿਲਾਫ਼ ਮੋਰਚਾ ਖੋਲ੍ਹ ਦਿੱਤਾ ਗਿਆ ਹੈ। ਅੰਮ੍ਰਿਤਸਰ ਵਿੱਚ ਭਾਜਪਾ ਵੱਲੋਂ ਪੰਜਾਬ ਸਰਕਾਰ ਦੇ ਖਿਲਾਫ਼ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਫੂਕ ਕੇ ਨਾਅਰੇਬਾਜ਼ੀ ਕੀਤੀ ਅਤੇ ਪੰਜਾਬ ਸਰਕਾਰ ਦੀ ਨਿੰਦਾ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰ ਗਰੀਬਾਂ ਨੂੰ ਮਾਰ ਰਹੀ ਹੈ। ਉਹਨਾਂ ਨੇ ਮੰਗ ਕੀਤੀ ਕਿ ਸਰਕਾਰ ਜਨਤਾ ਨਾਲ ਕੀਤੇ ਹੋਏ ਆਪਣੇ ਵਾਅਦੇ ਪੂਰੇ ਕਰੇ ਅਤੇ ਬਿਜਲੀ ਦੇ ਵਧੇ ਹੋਏ ਰੇਟਾਂ ਨੂੰ ਵਾਪਸ ਲਏ। ਜੇਕਰ ਸਰਕਾਰ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਤੇਜ਼ ਕਰਨਗੇ। ਲੁਧਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਇੱਕ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਡੀ ਗਿਣਤੀ 'ਚ ਕਿਸਾਨਾਂ ਨੇ ਸ਼ਿਰਕਤ ਕੀਤੀ। ਇਸ ਬੈਠਕ ਦਾ ਮੁੱਖ ਮਕਸਦ ਕਿਸਾਨਾਂ ਦੀਆਂ ਸਮੱਸਿਆਵਾਂ ਬਾਬਤ ਇਕਜੁੱਟ ਹੋ ਕੇ ਸਰਕਾਰਾਂ ਖਿਲਾਫ਼ ਡਟਣ ਦੀ ਰਣਨੀਤੀ ਬਣਾਉਣਾ ਸੀ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਟਿਊਬਵੈੱਲਾਂ ਦੇ ਬਿੱਲ ਲਗਾਉਣ ਜਾ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪਿਛਲੇ ਸਮੇਂ ਦੇ ਵਿੱਚ PSPL ਨੇ ਘਰਾਂ ਦੇ ਰੇਟ ਵਧਾਏ, ਘਰੇਲੂ ਬਿਜਲੀ ਦੇ ਰੇਟ ਵਧਾਏ ਨੇ ਅਤੇ ਮੋਟਰਾਂ ਦੇ ਬਿੱਲ ਲਾਉਣ ਦੀ ਟੇਢੇ ਢੰਗ ਨਾਲ ਉਹਦੀ ਸਾਜਿਸ਼ ਲੜੀ ਜਾ ਰਹੀ ਹੈ ਵੀ ਜਿਹੜੇ ਕਿਸਾਨ ਟੈਕਸ ਪੇ ਕਰਦੇ ਨੇ, ਇਨਕਮ ਟੈਕਸ ਪੇ ਕਰਦੇ, ਵੀ ਉਹਨਾਂ ਦੇ ਮੋਟਰਾਂ ਦੇ ਬਿੱਲ ਲਾਏ ਜਾਣਗੇ। ਕੀ ਇੱਕ ਛੋਟਾ ਕਿਸਾਨ ਜੇ 2 ਕਿੱਲੇ ਵਾਲਾ ਕਿਤੇ ਸਰਕਾਰੀ ਨੌਕਰੀ ਕਰਨ ਲੱਗ ਗਿਆ ਅਤੇ ਉਹ ਕਿਉਂਕਿ ਬਹੁਤ ਵੱਡਾ ਬਣ ਗਿਆ ਵੀ ਉਹਦੇ 'ਤੇ ਉਹਦੇ ਮੋਟਰਾਂ ਦੇ ਮੁੱਲ ਜੇ ਮਾਫ਼ ਨੇ ਅਤੇ ਲਾਏ ਜਾਣ? ਇਸ ਤਰੀਕੇ ਨਾਲ ਤਾਂ ਅੱਧੇ ਪੰਜਾਬ ਤੋਂ ਉੱਪਰ ਕੋਈ ਸਰਕਾਰੀ ਮੁਲਾਜ਼ਮ ਆ, ਕੋਈ ਪ੍ਰਾਈਵੇਟ ਫਰਮ 'ਚ ਕੰਮ ਕਰਦਾ, ਆਪਦੀ ਜ਼ਮੀਨ ਨਾਲ ਬੰਦ ਵਾਹੀ ਗਵਾਹੀ ਕਰਦਾ, ਉਹ ਸਾਰਿਆਂ ਦੇ ਬਿੱਲ ਲਾਉਣ ਦਾ ਇੱਕ ਸਗੰਜਾ ਜਿਹੜਾ ਕਿ ਗਲਤ ਤਰੀਕੇ ਨਾਲ ਸਰਕਾਰ ਪੇਸ਼ ਕਰ ਰਹੀ ਆ, ਉਹਦਾ ਭਾਰਤ ਕਿਸਾਨ ਯੂਨੀਅਨ ਕਾਦੀਆਂ ਹੋਰ ਜ਼ੋਰ ਵਿਰੋਧ ਕਰਦੀ ਆ। ਦੂਜਾ, ਜਿਹੜੇ ਪਰਾਲੀ ਦੇ ਸਾਂਭਣ ਦੇ ਸੰਦ ਬਣਾਏ ਸੀਗੇ ਸਰਕਾਰ ਨੇ ਪਿਛਲੇ ਸਮੇਂ ਦੇ ਵਿੱਚ, 50% ਤੋਂ ਲੈ ਕੇ 60% ਤੱਕ ਸਬਸਿਡੀ ਦਿੱਤੀਆਂ, ਉਹ ਸਾਰੇ ਸੰਦ ਬਿਨਾਂ ਬੇਲਰ ਤੋਂ, ਇੱਕ ਬੇਲਰ ਨੂੰ ਛੱਡ ਕੇ ਬਾਕੀ ਸਾਰੇ ਸੰਦ ਫੇਲ ਹੋਏ ਨੇ। ਬਠਿੰਡਾ ਦੀ ਸਰਹਿੰਦ ਨਹਿਰ ਵਿੱਚੋਂ ਸਾਬਕਾ ਮੁੱਖ ਮੰਤਰੀ ਵਿਕਾਸ ਸਿੰਘ ਬਾਦਲ ਦੀ ਸੁਰੱਖਿਆ ਵਿੱਚ ਤੈਨਾਤ ਕਾਂਸਟੇਬਲ ਹਰਜੋਤ ਸਿੰਘ ਦੀ ਲਾਸ਼ ਤੈਰਦੀ ਹੋਈ ਮਿਲੀ ਹੈ। ਜ਼ਿਕਰ ਕਰ ਸਕੀਏ, ਮ੍ਰਿਤਕ ਹਰਜੋਤ ਦੇ ਪਿਤਾ ਵੀ ਪੁਲਿਸ ਵਿੱਚ ਤੈਨਾਤ ਸਨ ਅਤੇ ਬਾਦਲਾਂ ਦੀ ਸੁਰੱਖਿਆ ਟੀਮ ਨਾਲ ਜੁੜੇ ਹੋਏ ਸਨ। ਲਗਭਗ 9 ਸਾਲ ਪਹਿਲਾਂ ਹਰਜੋਤ ਦੇ ਪਿਤਾ ਦੀ ਮੌਤ ਹੋਣ ਤੋਂ ਬਾਅਦ ਉਹਨਾਂ ਦੀ ਨੌਕਰੀ ਹਰਜੋਤ ਨੂੰ ਮਿਲੀ ਸੀ। ਸਹਾਰਾ ਵਰਕਰ ਨੇ ਦੱਸਿਆ ਕਿ ਉਹਨਾਂ ਨੂੰ ਫੋਨ 'ਤੇ ਸੂਚਨਾ ਮਿਲੀ ਸੀ ਕਿ ਨਹਿਰ ਵਿੱਚ ਇੱਕ ਲਾਸ਼ ਤੈਰ ਰਹੀ ਹੈ, ਜਿਸ ਤੋਂ ਬਾਅਦ ਉਸਨੇ ਲਾਸ਼ ਨੂੰ ਨਹਿਰ 'ਚੋਂ ਬਾਹਰ ਕੱਢ ਕੇ ਸੂਚਿਤ ਕੀਤਾ। ਫਿਲਹਾਲ ਪੁਲਿਸ ਵੱਲੋਂ ਲਾਸ਼ ਪੋਸਟਮਾਰਟਮ ਲਈ ਹਸਪਤਾਲ ਭੇਜਤੀ ਗਈ ਹੈ। ਹਰਜੋਤ ਸਿੰਘ ਦੀ ਮੌਤ ਕਿਸੇ ਹਾਦਸੇ ਕਾਰਨ ਹੋਈ ਹੈ ਜਾਂ ਫਿਰ ਕਿਸੇ ਸੋਚੀ ਸਮਝੀ ਸਾਜਿਸ਼ ਤਹਿਤ ਉਸਦਾ ਕਤਲ ਹੋਇਆ, ਇਸ ਦਾ ਖੁਲਾਸਾ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਹੋਵੇਗਾ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੱਲੋਂ ਬਖਸ਼ੇ ਮਾਨ ਤਹਿਤ ਮਹਾਨ ਸੂਫੀ ਸੰਤ ਸਾਈ ਮੀਆਂ ਮੀਰ ਜੀ ਦੇ ਘਰ ਕਮਲਾ ਨਾਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਨੀਂਹ ਪੱਥਰ ਰਖਵਾਉਣ ਦੇ ਇਤਿਹਾਸਕ ਦਿਹਾੜੀ ਨੂੰ ਸਮਰਪਿਤ ਨੀਂਹ ਪੱਥਰ ਦਿਵਸ ਮੌਕੇ 13 ਜਨਵਰੀ 2020 ਨੂੰ ਸ੍ਰੀ ਕਰਤਾਰਪੁਰ ਸਾਹਿਬ ਅਤੇ 14 ਜਨਵਰੀ ਨੂੰ ਦਰਬਾਰ ਸਾਈ ਮੀਆਂ ਮੀਰ ਜੀ ਲਾਹੌਰ ਵਿਖੇ ਮਹਾਨ ਕੀਰਤਨ ਸਮਾਗਮ ਕਰਵਾਏ ਜਾ ਰਹੇ ਨੇ। ਇਸ ਦੌਰਾਨ ਸਾਈ ਸੈਯਦ ਚੰਦ ਪੀਰ ਕਾਦਰੀ, ਸਾਈ ਸੈਯਦ ਅਲੀ ਰਜ਼ਾ ਕਾਦਰੀ, ਮੌਜੂਦਾ ਗੱਦੀ ਨਸ਼ੀਨ ਸਾਬਕਾ ਜਥੇਦਾਰ ਤਖ਼ਤ ਸ੍ਰੀ ਪਟਨਾ ਸਾਹਿਬ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਜੀ, ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ MD ਡਾਕਟਰ ਐਸ ਪੀ ਸਿੰਘ ਓਬਰਾਏ, ਪ੍ਰੋਫੈਸਰ ਨਿਰਮਲ ਸਿੰਘ ਜੀ, ਅੰਸ਼ ਵੰਸ਼, ਬਾਬਾ ਬੁੱਢਾ ਸਾਹਿਬ ਜੀ, ਨਾਨਕ ਸਾਹਿਬ ਫਾਊਂਡੇਸ਼ਨ ਦੇ ਚੀਫ ਪੈਟਰਨ ਰੁਪਿੰਦਰ ਸਿੰਘ ਸ਼ਾਮਪੁਰਾ,
ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਐਡਮਿਨਿਸਟ੍ਰੇਟਿਵ ਅਫਸਰ ਡੀ ਪੀ ਸਿੰਘ ਚਾਵਲਾ ਸਮੇਤ ਚੜ੍ਹਦੀ ਕਲਾ ਟਾਈਮ ਟੀਵੀ ਦੇ ਦਿੱਲੀ ਤੋਂ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਦੱਦੀ ਸ਼ਿਰਕਤ ਕਰਨਗੇ। ਤੇ ਗੱਲ ਕਰਦੇ ਮੌਸਮ ਦੀ, ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਬਰਫ਼ਬਾਰੀ ਤੋਂ ਇੱਕ ਦਿਨ ਬਾਅਦ ਵੀ ਅੱਜ ਨੂੰ ਧੁੱਪ ਨਿਕਲੀ, ਪਰ ਮੌਸਮ ਵਿਗਿਆਨ ਵਿਭਾਗ ਨੇ 12 ਜਨਵਰੀ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਵਿੱਚ ਭਾਰੀ ਬਾਰਿਸ਼ ਅਤੇ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਸ਼ਿਮਲੇ ਵਿੱਚ ਮੌਸਮ ਵਿਗਿਆਨ ਵਿਭਾਗ ਕੇਂਦਰ ਦੇ ਡਾਇਰੈਕਟਰ ਮਨਮੋਹਨ ਸਿੰਘ ਨੇ ਦੱਸਿਆ ਕਿ ਲਾਹੌਰ ਸਪੀਤੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਕੇਂਦਰ ਕੇਲਾਂਗ ਵਿੱਚ ਤਾਪਮਾਨ 0 to 14.6 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਸ਼ਿਮਲਾ, ਕੁਫਰੀ, ਮਨਾਲੀ, ਡਲਹੌਜ਼ੀ ਅਤੇ ਕਲਪਾ ਸਮੇਤ ਸੂਬੇ ਦੇ ਜ਼ਿਆਦਾਤਰ ਮੱਧਮ ਅਤੇ ਉੱਚੀਆਂ ਪਹਾੜੀਆਂ ਵਿੱਚ ਤਾਪਮਾਨ 0 ਹੇਠਾਂ ਦਰਜ ਕੀਤਾ ਗਿਆ। ਅਧਿਕਾਰੀ ਨੇ ਦੱਸਿਆ ਕਿ ਸੜਕਾਂ ਤੋਂ ਬਰਫ਼ ਹਟਾਉਣ ਦਾ ਕੰਮ ਜਾਰੀ ਹੈ। ਅੱਜ ਭਿਆਨਕ ਬਰਫ਼ਬਾਰੀ ਕਾਰਨ 879 ਸੜਕਾਂ ਜਾਮ ਰਹੀਆਂ। ਮੌਸਮ ਵਿਗਿਆਨ ਵਿਭਾਗ ਨੇ 11 to 14 ਜਨਵਰੀ ਵਿਚਾਲੇ ਮੂਸਲਾਧਾਰ ਬਾਰਿਸ਼ ਅਤੇ ਮੱਧਮ ਉੱਚੀਆਂ ਪਹਾੜੀਆਂ ਵਿੱਚ ਬਰਫ਼ਬਾਰੀ ਹੋਣ ਦੀ ਸੰਭਾਵਨਾ ਜਤਾਈ ਹੈ। ਹਾਲਾਂਕਿ ਔਰੇਂਜ ਅਲਰਟ ਸਿਰਫ ਐਤਵਾਰ ਦੇ ਲਈ ਜਾਰੀ ਕੀਤੀ ਗਈ ਹੈ। ਫਿਲਹਾਲ ਖਬਰਾਂ ਦੇ ਇਸ ਬੁਲੇਟਿਨ 'ਚ ਇੰਨਾ ਹੀ। ਦੇਸ਼ ਦੁਨੀਆਂ ਦੀ ਬਾਕੀ ਖਬਰਾਂ ਦੀ ਜਾਣਕਾਰੀ ਲਈ ਤੁਸੀਂ ਬਣੇ ਰਹੋ ਸਾਡੇ ਨਾਲ ਚੜ੍ਹਦੀ ਕਲਾ ਟਾਈਮ ਟੀਵੀ 'ਤੇ। ਧੰਨਵਾਦ।